ਡੀ ਫਾਰਮੈਸੀ ਡਿਗਰੀ ਘੁਟਾਲੇ ਮਾਮਲੇ ਦੇ ਵਿੱਚ ਤਿੰਨ ਪ੍ਰਿੰਸੀਪਲ ਅਤੇ ਇੱਕ ਨਿੱਜੀ ਫਾਰਮੈਸੀ ਕਾਲਜ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਵਿਜੀਲੈਂਸ ਦੇ ਵੱਲੋਂ ਘਪਲੇਬਾਜ਼ੀ ਕਰਕੇ ਆਯੋਗ ਉਮੀਦਵਾਰਾਂ ਨੂੰ ਦਾਖਲਾ ਦੇਣ ਅਤੇ ਡੀ ਫਾਰਮੈਸੀ ਦੀਆਂ ਡਿਗਰੀਆਂ ਜਾਰੀ ਕਰਨ ਦੇ ਦੋਸ਼ ਹੇਠ ਇਹ ਐਕਸ਼ਨ ਕੀਤਾ ਗਿਆ। ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਵੱਲੋਂ ਪਹਿਲਾਂ ਹੀ ਦਾਖਲੇ ਰਜਿਸਟ੍ਰੇਸ਼ਨ ਦੇ ਵਿੱਚ ਬੇਨਿਯਮੀਆਂ ਕਾਰਨ ਅਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਪੜ ਰਹੇ ਆਯੋਗ ਵਿਦਿਆਰਥੀਆਂ ਨੂੰ ਡੀ ਫਾਰਮੈਸੀ ਦੇ ਲਾਇਸੈਂਸ ਜਾਰੀ ਕਰਨ ਦੇ ਦੋਸ਼ ਹੇਠ ਪੀਐਸਪੀਸੀ ਦੇ ਸਾਬਕਾ ਰਜਿਸਟਰਾਰਾਂ ਅਤੇ ਅਧਿਕਾਰੀਆਂ ਦੇ ਵਿਰੁੱਧ ਆਈਪੀਸੀ ਦੀ ਧਾਰਾ 420, 465, 466, 468, 120 ਤਹਿਤ ਵਿਜੀਲੈਂਸ ਬਿਊਰੋ ਦੇ ਵੱਲੋਂ ਥਾਣਾ ਲੁਧਿਆਣਾ ਵਿਖੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਬਠਿੰਡਾ ਦੇ ਮਾਲਕ ਗੁਰਪ੍ਰੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਬਰਾੜ ਸਾਲ 2013 ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਕਾਲਜ ਸੈਣਾ ਵਿਖੇ ਬਤੌਰ ਪ੍ਰਿੰਸੀਪਲ ਰਹੇ ਆਰ ਐਸ ਰਾਮਾ ਕੌੜੀ ਅਤੇ 2011 ਦੇ ਵਿੱਚ ਲਾਲਾ ਲਾਜਪਤ ਕਾਲਜ ਆਫ ਫਾਰਮੈਸੀ ਮੋਗਾ ਦੇ ਪ੍ਰਿੰਸੀਪਲ ਰਹੇ ਬਲਜਿੰਦਰ ਸਿੰਘ ਬਾਜਵਾ ਸ਼ਾਮਲ ਨੇ। ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਪੀਐਸਪੀਸੀ ਦੇ ਸਾਬਕਾ ਰਜਿਸਟਰਾਰ ਮੁਲਜ਼ਮ ਪ੍ਰਵੀਨ ਕੁਮਾਰ ਭਾਰਦਵਾਜ ਅਤੇ ਡਾਕਟਰ ਤੇਜਵੀਰ ਸਿੰਘ ਅਤੇ ਸੁਪਰਡੈਂਟ ਅਸ਼ੋਕ ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ 9 ਫਾਰਮਾਸਿਸਟਾਂ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੇਖੋ, ਮੁਕੱਦਮਾ ਨੰਬਰ 17/2023 ਦਰਜ ਹੋਇਆ ਸੀਗਾ 8 December 2023 ਨੂੰ, ਔਰ ਇਹ ਡੀ ਫਾਰਮੇਸੀ ਦਾ ਇੱਕ ਸਕੈਂਡਲ ਸਾਹਮਣੇ ਆਇਆ ਸੀ, ਜਿਹਦੇ ਵਿੱਚ ਉਹ ਆਪਣੇ ਫੇਕ 10+2 ਦੇ ਬੇਸਿਸ 'ਤੇ ਫਾਰਮੇਸੀ ਜਿਹਨਾਂ ਨੇ ਸਰਟੀਫਿਕੇਟ ਲਏ ਹੈਗਾ, ਡਿਪਲੋਮਾ ਕੀਤਾ ਹੈਗਾ, ਉਹ 'ਚ ਬੇਸਿਕਲੀ ਉਹ 10+2 ਜਦੋਂ ਇਹ ਕਾਲਜ ਵਿੱਚ ਅਪਰੋਚ ਕਰਦੇ ਆ, ਔਰ ਉੱਥੇ 10+2 ਇਹਨਾਂ ਨੂੰ ਸਾਇੰਸ ਸਬਜੈਕਟ ਵਿੱਚ ਚਾਹੀਦੀ ਹੁੰਦੀ ਹੈ, ਉਹ ਉਹਨਾਂ ਕੋਲ ਹੁੰਦੀ ਨਹੀਂ, ਔਰ ਫਿਰ ਇਹ ਕਾਲਜਿਸ ਵਾਲੇ ਇਹਨਾਂ ਨੂੰ ਕਹਿ ਦਿੰਦੇ ਤੁਹਾਨੂੰ ਅਸੀਂ ਕਰਾ ਦਿਆਂਗੇ ਬਾਹਰੋਂ ਹੀ, ਵੀ ਤੁਹਾਡੇ ਉਹਦੇ ਇੰਨੇ ਪੈਸੇ ਲੱਗਣਗੇ, ਉਹ ਫਿਰ ਇਹਨਾਂ ਕੋਲ ਲੈ ਲੈਂਦੇ ਨੇ ਵੱਖ ਵੱਖ, ਕੋਈ 50,000, ਕੋਈ 60,000, ਕੋਈ 1,00,000 ਤੱਕ ਲੈ ਲੈਂਦੇ ਨੇ। ਡੀ ਫਾਰਮੇਸੀ ਦੀ ਅਲੱਗ ਫੀਸ ਹੁੰਦੀ ਹੈ, ਉਹ ਫਿਰ ਉਹਦੇ ਵਿੱਚ ਇਹ ਬਾਹਰਲੀਆਂ ਸਟੇਟਾਂ ਤੋਂ UP, ਮੱਧ ਪ੍ਰਦੇਸ਼, ਹਰਿਆਣਾ ਵਗੈਰਾ ਉੱਥੋਂ ਕਰਾ ਦਿੰਦੇ ਨੇ, ਔਰ ਉਹ ਕਰਵਾ ਕੇ ਇਹ ਫਿਰ ਉਹ ਜਦੋਂ 10+2 ਦਾ ਸਰਟੀਫਿਕੇਟ ਫੇਕ ਹੁੰਦਾ ਉਹਦੇ ਬੇਸਿਸ 'ਤੇ ਉਹ ਡੀ ਫਾਰਮੇਸੀ ਕਰ ਲੈਂਦੇ ਆ, ਔਰ ਉਹ ਕਾਫੀ ਜਿਹੜੇ ਸਟੂਡੈਂਟ ਜਿਹੜੇ ਆਏ ਸੀਗੇ ਜਿਨ੍ਹਾਂ ਨੇ ਕਿਹਾ ਸੀ ਅਸੀਂ ਤਾਂ 10+2 ਦਾ ਪੇਪਰ ਦੇਣ ਹੀ ਨਹੀਂ ਗਏ, ਸਾਨੂੰ ਤਾਂ ਜੀ ਸਰਟੀਫਿਕੇਟ ਮਿਲ ਗਿਆ ਸੀ, ਉਹਨਾਂ ਦਾ ਡਿਗਰੀ ਮਿਲ ਗਈ ਸੀ, ਉਹ ਕਾਲਜ ਵਾਲਿਆਂ ਨੇ ਹੀ ਲਿਆ ਕੇ ਦਿੱਤੇ ਸੀ, ਅਤੇ ਉਹ ਫਿਰ ਉਹਦੇ ਵਿੱਚ 2 ਰਜਿਸਟਰਾਰ ਜਿਹੜੇ ਫਾਰਮੇਸੀ ਕੌਂਸਲ ਪੰਜਾਬ ਦੇ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਨੇ, ਇੱਕ ਸੁਪਰਡੈਂਟ ਗ੍ਰਿਫਤਾਰ ਹੋ ਚੁੱਕੇ ਨੇ, ਔਰ 9 ਫਾਰਮੇਸੀ ਜਿਹੜੇ ਹੋਲਡਰ ਸਰਟੀਫਿਕੇਟ ਸੀਗੇ ਡੀ ਫਾਰਮੇਸੀ ਜਿਨ੍ਹਾਂ ਲਈ ਸੀ, ਜਿਨ੍ਹਾਂ ਨੇ ਮੈਡੀਕਲ ਸ਼ੋਪਸ ਖੋਲੀਆਂ ਹੋਈਆਂ, ਉਹ ਆਲਰੇਡੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਅੱਜ ਫਿਰ ਰੇਡਸ ਦੇ ਦੌਰਾਨ ਰੇਡਸ ਕੀਤੇ ਗਏ, ਜਿਨ੍ਹਾਂ 'ਚੋਂ 4 ਸਾਨੂੰ ਦੋਸ਼ੀ ਹੋਰ ਮਿਲੇ ਨੇ, ਜਿਨ੍ਹਾਂ 'ਚੋਂ 3 ਪ੍ਰਿੰਸੀਪਲ ਨੇ ਔਰ ਇੱਕ ਕਾਲਜ ਦਾ ਓਨਰ ਹੈ, ਆਦੇਸ਼ ਇੰਸਟੀਚਿਊਟ ਬਠਿੰਡਾ ਔਰ ਪੰਜਾਬ ਮਲਟੀਪਲ ਕਾਲਜ ਇੰਸਟੀਚਿਊਟ ਬਰਨਾਲਾ ਔਰ ਲਾਲਾ ਲਾਜਪਤ ਰਾਏ ਕਾਲਜ ਮੋਗਾ, ਅਤੇ ਕੱਲ੍ਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਕਾਫੀ ਸਰਟੀਫਿਕੇਟ ਦੀ ਗਿਣਤੀ ਤਾਂ ਕਾਫੀ ਨੇ ਜੀ, ਬਸ ਸਾਡੇ ਕੋਲ 65 ਤਾਂ ਹੋ ਗਏ, ਬਾਕੀ ਇਹ ਫਿਗਰ ਕਾਫੀ ਜ਼ਿਆਦਾ, ਉਹ ਸਾਰੀ ਵੈਰੀਫਾਈ ਕੀਤਾ ਜਾ ਰਿਹਾ, ਬਾਕੀ ਸਾਰੇ
ਥੋਰਲੀ ਚੈੱਕ ਕਰਕੇ ਜਿਹੜੇ ਵੀ ਅੱਗੇ ਦੋਸ਼ੀ ਪਾਏ ਜਾਂਦੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਅਮਾਊਂਟ ਤਾਂ ਕਾਫੀ ਹੈ ਜੀ, ਅਮਾਊਂਟ ਤਾਂ ਫਿਰ ਉਹਦੇ 'ਚ ਕਾਫੀ ਕਿਸੇ ਤੋਂ ਆਪਣੇ ਉਹਦੇ ਵੇਖ ਲੈਂਦੇ ਆ ਬੰਦਾ ਕਿੱਦਾਂ ਦਾ, ਜੇ ਥੋੜ੍ਹਾ ਜ਼ਿਆਦਾ ਲੱਗਦਾ ਉਹਨੂੰ ਜ਼ਿਆਦਾ ਪੈਸੇ ਲੈ ਲੈਂਦੇ ਅਤੇ ਉਹ ਫਿਰ ਸਾਰਿਆਂ ਤੋਂ ਇੱਦਾਂ ਕਰਦੇ ਰਹਿੰਦੇ। ਬਾਕੀ ਇਹ ਡੀ ਫਾਰਮੇਸੀ ਦੇ ਸਰਟੀਫਿਕੇਟ ਲੈ ਕੇ ਜਿਹਨਾਂ ਨੇ ਖੋਲ੍ਹੇ ਹੋਏ ਨੇ ਮੈਡੀਕਲ ਸਟੋਕ, ਉਹ ਉਹਦੇ ਬਾਰੇ ਚੀਫ ਡਾਇਰੈਕਟਰ ਸਾਹਿਬ ਨੂੰ ਲੈਟਰ ਲਿਖਿਆ ਜਾ ਚੁੱਕਾ ਅਤੇ ਚੀਫ ਡਾਇਰੈਕਟਰ ਸਾਹਿਬ ਨੇ ਉੱਧਰ ਸੰਬੰਧਿਤ ਵਿਭਾਗ ਨੂੰ ਲਿਖਿਆ ਹੋਇਆ ਜਿਹੜੇ ਕਿ ਜਿਹੜੇ ਮੈਡੀਕਲ ਸ਼ੋਪਸ ਨੇ ਉਹਨਾਂ ਨੂੰ ਬੰਦ ਕਰਵਾਉਣ ਵਾਸਤੇ, ਤਾਂ ਜੋ ਲੋਕਾਂ ਦੀ ਸਿਹਤ ਦਾ ਨਾਲ ਖਿਲਵਾੜ ਨਾ ਹੋ ਸਕੇ।